ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਰਮਨ ਪੰਜਾਬੀ ਕੁਕਿੰਗ ਐਂਡ ਵਲੌਗ ਦੇ ਵਿੱਚ। ਅੱਜ ਹੈਗੀ ਆ ਦੀਵਾਲੀ। ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਹੈਪੀ ਦੀਵਾਲੀ ਜੀ। ਅਤੇ ਅੱਜ ਆਪਾਂ ਦੀਵਾਲੀ ਸਪੈਸ਼ਲ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਾਂਗੇ ਜੋ ਕਿ ਬਹੁਤ ਹੀ ਵਧੀਆ ਅਤੇ ਬਹੁਤ ਜਲਦੀ ਬਣ ਜਾਂਦੀ ਆ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਲਾਈਕ ਦੇ ਨਾਲ ਜਿਹੜਾ ਹੌਸਲਾ ਮਿਲ ਜਾਂਦਾ, ਹੋਰ ਨਹੀਂ ਕੁਛ ਹੁੰਦਾ ਗਾ, ਲਾਈਕ ਨਾਲ ਚਲੋ ਜੀ ਹੌਸਲਾ ਹੋ ਜਾਂਦਾ ਆਪਾਂ ਨੂੰ ਵੀ ਇੰਨੇ ਲਾਈਕ ਮਿਲ ਗਏ। ਅਤੇ ਨਾਲ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਵੀ ਜਿਹੜੀ ਰੈਸਪੀ ਆ ਤੁਹਾਨੂੰ ਕਿੱਦਾਂ ਦੀ ਲੱਗਦੀ ਆ। ਇਸ ਤੋਂ ਪਹਿਲਾਂ ਜੇ ਚੈਨਲ 'ਤੇ ਨਿਊ ਤਾਂ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਨਾਲ ਬੈਲ ਦਾ ਬਟਨ ਵੀ ਪ੍ਰੈਸ ਕਰ ਦਿਓ। ਅਤੇ ਅੱਜ ਆਪਾਂ ਬਣਾਵਾਂਗੇ ਮਿਲਕ ਪਾਊਡਰ ਤੋਂ ਢੋਡਾ ਬਰਫੀ ਜੋ ਕਿ ਬਹੁਤ ਹੀ ਟੇਸਟੀ ਹੁੰਦੀ ਅਤੇ ਇੰਨੀ ਜਲਦੀ ਬਣਦੀ ਆ, ਇੰਨੀ ਜਲਦੀ ਕੋਈ ਰੈਸਪੀ ਨਹੀਂ ਬਣਦੀ ਗੀ। 5-7 ਮਿੰਟ 'ਚ ਜਿਹੜੀ ਹੈ ਤਿਆਰ ਹੋ ਜਾਂਦੀ ਆ, ਬਹੁਤ ਜਲਦੀ ਬਣ ਜਾਂਦੀ ਆ। ਅਤੇ ਆਪਾਂ ਜਿਹੜੀ ਢੋਡਾ ਬਰਫੀ ਬਣਾਉਣੀ ਸਟਾਰਟ ਕਰਦੇ ਹਾਂ ਮਿਲਕ ਪਾਊਡਰ ਤੋਂ। ਆ ਜਾਓ ਜੀ, ਦੇਖਦੇ ਹਾਂ ਫਿਰ ਕਿੱਦਾਂ ਬਣਦੀ ਹੈ ਇਹ। ਇਹਦੇ ਲਈ ਆਪਾਂ 1 ਕੱਪ ਜਿਹੜਾ ਮਿਲਕ ਪਾਊਡਰ ਲਿਆ, ਤੁਸੀਂ ਕੋਈ ਵੀ ਕੌਲੀ ਜਾਂ ਕੋਈ ਵੀ ਜਿਹੜਾ ਹੈਗਾ ਕੱਪ ਆ ਸੈੱਟ ਕਰ ਸਕਦੇ ਹੋ। ਜਿਹੜਾ ਆਪਾਂ ਕੱਪ ਮਿਲਕ ਪਾਊਡਰ ਦਾ ਲਿਆ ਸੀ ਉਹ ਹੀ ਆਪਾਂ 1 ਕੱਪ ਪਾਣੀ ਦਾ ਲਵਾਂਗੇ। ਇਹ ਨੋਰਮਲ ਪਾਣੀ ਆ, ਨਾ ਠੰਡਾ ਹੈ ਨਾ ਗਰਮ ਹੈ। ਅਤੇ 2 ਚਮਚ ਆਪਾਂ ਦੇਸੀ ਘਿਓ ਲਵਾਂਗੇ, ਫੁੱਲ ਭਰ ਕੇ ਜਿਹੜੇ 2 ਚਮਚ ਦੇਸੀ ਘਿਓ ਦੇ ਲਏ ਆ। ਇਹਦੇ ਨਾਲ ਵਧੀਆ ਫਿਰ ਜਿਹੜਾ ਦਾਣੇਦਾਰ ਆਪਣਾ ਢੋਡਾ ਬਣਦਾ। ਅਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ। ਘਿਓ ਜਿਹੜਾ ਠੰਡਾ ਸੀ ਤੁਸੀਂ ਗਰਮ ਕਰਕੇ ਵੀ ਪਾ ਸਕਦੇ ਹੋ, ਪਰ ਗਰਮ ਕਰਕੇ ਪਾਵਾਂਗੇ ਤਾਂ ਆਪਾਂ 3 ਚਮਚੇ ਪੈਣਗੇ। ਇਹ ਠੰਡਾ ਸੀ, 2 ਚਮਚੇ ਪਾਏ ਆ। ਇਹਦੇ 'ਚ ਆਪਾਂ 2 ਚਮਚ ਚੀਨੀ ਦੇ ਪਾਵਾਂਗੇ, ਬਾਕੀ ਚੀਨੀ ਜਿਹੜੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਜੇ ਜ਼ਿਆਦਾ ਖਾਣੀ ਪਸੰਦ ਕਰਦੇ ਹੋ। ਪਰ ਜ਼ਿਆਦਾ ਇਹਦੇ ਵਿੱਚ ਵਧੀਆ ਨਹੀਂ ਲੱਗਦੀ, ਜ਼ਿਆਦਾ ਮਿੱਠਾ ਹੋ ਜਾਂਦਾ ਕਿਉਂਕਿ ਜਿਹੜਾ ਮਿਲਕ ਪਾਊਡਰ ਆ ਉਹ ਵੀ ਮਿੱਠਾ ਹੁੰਦਾ ਨਾ, ਉਹਦੇ 'ਚ ਵੀ ਕਾਫੀ ਮਿਠਾਸ ਹੁੰਦੀ ਆ। ਅਤੇ 2 ਚਮਚ ਜਿਹੜੇ ਮੈਂ ਸਿਰਫ 2 ਚਮਚ ਚੀਨੀ ਦੇ ਪਾਏ ਆ। ਅਤੇ ਇਹਨੂੰ ਆਪਾਂ ਪਕਾ ਲੈਂਦੇ ਹਾਂ ਹਿਲਾ ਹਿਲਾ ਕੇ। ਇੱਥੇ ਗੈਸ ਦਾ ਫਲੇਮ ਤੁਸੀਂ ਘੱਟ ਵੀ ਰੱਖ ਸਕਦੇ ਹੋ। ਮੈਂ ਪਹਿਲਾਂ ਥੱਲੇ ਹੀ ਗੈਸ ਤੋਂ ਹਿਲਾ ਲਿਆ ਸੀਗਾ, ਜਿਹੜੀਆਂ ਮਿਲਕ ਪਾਊਡਰ ਦੀਆਂ ਸਾਰੀਆਂ ਗੰਢਾਂ ਜੀਆਂ ਹੁੰਦੀਆਂ ਆਪਣੀਆਂ, ਉਹ ਸਾਰੀਆਂ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਸੀਗੀਆਂ। ਅਤੇ ਘਿਓ ਜਿਹੜਾ ਗਰਮ ਹੋ ਕੇ ਅਤੇ ਆਪਣਾ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਅਤੇ ਆਪਣਾ ਜਿਹੜਾ ਡੋ ਦੀ ਤਰ੍ਹਾਂ ਬਣਨਾ ਸਟਾਰਟ ਹੋ ਗਿਆ। ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਾਫੀ ਦਾਣੇਦਾਰ ਬਣ ਗਿਆ। ਇਹਨੂੰ ਆਪਾਂ ਥੋੜ੍ਹਾ ਜਿਹਾ ਸੇਕ ਹੋਰ ਲਵਾਵਾਂਗੇ ਅਤੇ ਇੱਕ ਡੱਬੇ ਦੇ ਵਿੱਚ ਕੱਢ ਲਵਾਂਗੇ। ਇਹਨੂੰ ਚੰਗੀ ਤਰ੍ਹਾਂ ਮੈਂ ਘਿਓ ਦੇ ਨਾਲ ਗਰੀਸ ਕਰ ਲਿਆ ਅਤੇ ਆਪਾਂ ਇਹਨੂੰ ਇਹਦੇ ਵਿੱਚ ਪਾ ਕੇ ਅਤੇ ਘੰਟਾ ਡੇਢ ਘੰਟਾ ਰੱਖ ਦਿਆਂਗੇ ਠੰਡਾ ਹੋਣ ਲਈ। ਇਹਨੂੰ ਤੁਸੀਂ ਫਰਿੱਜ 'ਚ ਨਾ ਰੱਖਿਓ, ਇਹਨੂੰ 2 ਘੰਟੇ ਹੋ ਗਿਆ ਪਏ ਨੂੰ ਅਤੇ ਚੰਗੀ ਤਰ੍ਹਾਂ ਜੰਮ ਗਿਆ ਫਰਿੱਜ ਤੋਂ ਬਾਹਰ ਹੀ। ਅਤੇ ਹੁਣ ਆਪਾਂ ਇਹਦੇ ਜਿਹੜੇ ਪੀਸ ਕੱਟ ਲੈਂਦੇ ਹਾਂ। ਮੈਂ ਥੋੜ੍ਹਾ ਹੀ ਬਣਾਇਆ ਕਿਉਂਕਿ ਮੈਂ ਪਹਿਲਾਂ ਬਣਾਇਆ ਹੋਇਆ ਘਰ ਦੀਵਾਲੀ 'ਤੇ ਖਾਣ ਨੂੰ, ਫਿਰ ਮੈਂ ਸੋਚਿਆ ਵੀ ਤੁਹਾਡੇ ਨਾਲ ਇਹ ਜਿਹੜੀ ਰੈਸਪੀ ਆ ਸ਼ੇਅਰ ਕਰੀਏ। ਇਹ ਮੈਂ ਬਣਾ ਹੀ ਲੈਂਦੀ ਹੁੰਦੀ ਹਾਂ ਘਰ, ਜਦੋਂ ਵੀ ਬੱਚੇ ਮੰਗਦੇ ਆ ਉਦੋਂ ਬਣਾ ਲਈਦੇ ਆ। ਅਤੇ ਆਪਾਂ ਇਹਨੂੰ ਕਟਰ ਦੇ ਨਾਲ ਕੱਟ ਲੈਂਦੇ, ਘਰ ਦੇ ਨਾਲ ਵੀ ਕੱਟਿਆ ਜਾਂਦਾ, ਘਰ ਦੇ ਨਾਲ ਥੋੜ੍ਹਾ ਜਿਹਾ ਨਾ ਖਿਲਰਨਾ ਜਿਹਾ ਲੱਗ ਜਾਂਦਾ, ਇਹਦੇ ਪੀਸ ਜਿਹੜੇ ਖਿਲਰਨ ਲੱਗ ਜਾਂਦੇ ਆ। ਕਟਰ ਨਾਲ ਜਿਹੜਾ ਵਧੀਆ ਕੱਟਿਆ ਜਾਂਦਾ, ਪੀਸ ਬਹੁਤ ਸੋਹਣੇ ਬਣਦੇ ਆ ਇਹਦੇ ਨਾਲ। ਅਤੇ ਆਪਾਂ ਸਾਰੇ ਇਵੇਂ ਇਵੇਂ ਕਰਕੇ ਕੱਟ ਲੈਂਦੇ ਹਾਂ, ਬਹੁਤ ਜ਼ਿਆਦਾ ਟੇਸਟੀ ਬਣਦਾ, ਬਹੁਤ ਘੱਟ ਟਾਈਮ 'ਚ ਬਣ ਜਾਂਦਾ, ਬਸ 5-7 ਮਿੰਟ ਹੀ ਲੱਗਦੇ ਆ ਇਹਨੂੰ ਬਣਾਉਣ ਨੂੰ। ਅਤੇ ਟੇਸਟ ਇੰਨਾ ਵਧੀਆ ਹੁੰਦਾ, ਬਹੁਤ ਜ਼ਿਆਦਾ ਵਧੀਆ ਹੁੰਦਾ ਮਿਲਕ ਪਾਊਡਰ ਤੋਂ ਬਣਿਆ ਹੋਇਆ ਢੋਡਾ, ਬਹੁਤ ਵਧੀਆ ਟੇਸਟ ਹੁੰਦਾ। ਦੇਖੋ ਕਿੰਨਾ
ਵਧੀਆ ਬਣਿਆ, ਦਾਣੇਦਾਰ ਬਣਿਆ ਇਹ। ਅਤੇ ਆਪਾਂ ਇਹਨੂੰ ਡੈਕੋਰੇਟ ਕਰ ਲਿਆ, ਪਲੇਟਿੰਗ ਕਰ ਲਈ ਆਪਾਂ ਇਹਦੀ। ਤੁਸੀਂ ਇਹ 'ਤੇ ਵਾਲਪੇਪਰ ਵੀ ਲਗਾ ਸਕਦੇ ਹੋ, ਤੁਸੀਂ ਜੇ ਹੋਰ ਕੋਈ ਵੀ ਡਰਾਈ ਫਰੂਟ ਆ ਤੁਸੀਂ ਕੁਛ ਵੀ ਲਗਾ ਕੇ ਬਣਾ ਸਕਦੇ ਹੋ। ਅਤੇ ਤੁਸੀਂ ਵੀ ਜ਼ਰੂਰ ਟਰਾਈ ਲਿਓ ਦਿਵਾਲੀ ਸਪੈਸ਼ਲ ਸਪੈਸ਼ਲ ਟੋਡਾ ਬਰਫੀ। ਚਲੋ ਜੀ, ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਕੋਈ ਨਵੀਂ ਰੈਸਪੀ ਜਾਂ ਵਲੌਗ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।